ਨਜ਼ਾਰਾ ਹੈ ਕਿ ਅਸੀਂ ਜਲੰਧਰ 'ਚ ਖੜ੍ਹੇ ਹੋਏ ਤਾਂ ਸਾਡੇ ਪਿੱਛੇ ਹਿਮਾਚਲ ਦੇ ਪਹਾੜ ਨਜ਼ਰ ਆ ਰਹੇ ਨੇ ਆਪਣੇ ਆਪ ਦੇ ਵਿੱਚ ਅਦਭੁਤ ਨਜ਼ਾਰੇ। ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਅਸੀਂ ਪਹਾੜਾਂ ਦੇ ਆ ਨਜ਼ਾਰਾ ਹੈ ਕਿ ਅਸੀਂ ਜਲੰਧਰ 'ਚ ਖੜ੍ਹੇ ਹੋਏ ਤਾਂ ਸਾਡੇ ਪਿੱਛੇ ਹਿਮਾਚਲ ਦੇ ਪਹਾੜ ਨਜ਼ਰ ਆ ਰਹੇ ਨੇ ਆਪਣੇ ਆਪ ਦੇ ਵਿੱਚ ਅਦਭੁਤ ਨਜ਼ਾਰੇ। ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਅਸੀਂ ਪਹਾੜਾਂ ਦੇ ਆਸ ਪਾਸ ਦੇਖੀਏ ਤਾਂ ਪੂਰਾ ਸ਼ਹਿਰ ਨਜ਼ਾਰਾ ਹੈ ਕਿ ਅਸੀਂ ਜਲੰਧਰ 'ਚ ਖੜ੍ਹੇ ਹੋਏ ਤਾਂ ਸਾਡੇ ਪਿੱਛੇ ਹਿਮਾਚਲ ਦੇ ਪਹਾੜ ਨਜ਼ਰ ਆ ਰਹੇ ਨੇ ਆਪਣੇ ਆਪ ਦੇ ਵਿੱਚ ਅਦਭੁਤ ਨਜ਼ਾਰੇ। ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਅਸੀਂ ਪਹਾੜਾਂ ਦੇ ਆਸ ਪਾਸ ਦੇਖੀਏ ਤਾਂ ਪੂਰਾ ਸ਼ਹਿਰ। ਲੇਟੈਸਟ ਨਿਊਜ਼ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਦੋ ਘੰਟੀ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਜਾਏ। ਦੋਸਤੋ ਕਿੱਦਾਂ ਲੱਗਿਆ ਤੁਹਾਨੂੰ ਇਹ ਵੀਡੀਓ? ਪੂਰਾ ਵੀਡੀਓ ਦੇਖ ਕੇ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ। ਜਲੰਧਰ 'ਚ ਖੜ੍ਹੇ ਹੋਏ ਤਾਂ ਸਾਡੇ ਪਿੱਛੇ ਹਿਮਾਚਲ ਦੇ ਪਹਾੜ ਨਜ਼ਰ ਆ ਰਹੇ ਨੇ ਆਪਣੇ ਆਪ ਦੇ ਵਿੱਚ ਅਦਭੁਤ ਨਜ਼ਾਰੇ। ਨਜ਼ਾਰਾ ਹੈ ਕਿ ਅਸੀਂ ਜਲੰਧਰ 'ਚ ਖੜ੍ਹੇ ਹੋਏ ਤਾਂ ਸਾਡੇ ਪਿੱਛੇ ਹਿਮਾਚਲ ਦੇ ਪਹਾੜ ਨਜ਼ਰ ਆ ਰਹੇ ਨੇ ਆਪਣੇ ਆਪ ਦੇ ਵਿੱਚ ਅਦਭੁਤ ਨਜ਼ਾਰੇ। ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਅਸੀਂ ਪਹਾੜਾਂ ਦੇ ਆਸ ਪਾਸ ਦੇਖੀਏ ਤਾਂ ਪੂਰਾ ਸ਼ਹਿਰ ਨਜ਼ਾਰਾ ਹੈ ਕਿ ਅਸੀਂ ਜਲੰਧਰ 'ਚ ਖੜ੍ਹੇ ਹੋਏ ਤਾਂ ਸਾਡੇ ਪਿੱਛੇ ਹਿਮਾਚਲ ਦੇ ਪਹਾੜ ਨਜ਼ਰ ਆ ਰਹੇ ਨੇ ਆਪਣੇ ਆਪ ਦੇ ਵਿੱਚ ਅਦਭੁਤ ਨਜ਼ਾਰੇ। ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਅਸੀਂ ਪਹਾੜਾਂ ਦੇ ਆਸ ਪਾਸ ਦੇਖੀਏ ਤਾਂ ਪੂਰਾ ਸ਼ਹਿਰ। ਯੂਟਿਊਬ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਦੋ ਘੰਟੀ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਜਾਏ।